ਫੁਗਵਾੜਾ ਵਿਖੇ ਤੜਕਸਾਰ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਬਾਕੀ ਪਰਿਵਾਰਕ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਹਾਦਸਾ ਫੁਗਵਾੜਾ ਗ੍ਰਾਮ ਮੁੱਖ ਮਾਰਗ 'ਤੇ ਪੈਂਦੇ ਪਿੰਡ ਜਮਾਲਪੁਰ ਨਜ਼ਦੀਕ ਫਲਾਈਓਵਰ 'ਤੇ ਉਸ ਸਮੇਂ ਵਾਪਰਿਆ ਜਦੋਂ ਕਾਰ ਖੜ੍ਹੇ ਟਰੱਕ ਵਿੱਚ ਜਾ ਟਕਰਾਈ, ਜਿਸ ਕਾਰਨ ਕਾਰ ਚਾਲਕ ਵਰਿੰਦਰ ਬਾਸੀ ਲੁਧਿਆਣਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਾਰ ਵਿੱਚ ਸਵਾਰ ਬਾਕੀ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਆਪਣੀ ਕਾਰ ਵਿੱਚ ਅੰਮ੍ਰਿਤਸਰ ਤੋਂ ਦਰਸ਼ਨ ਕਰਕੇ ਵਾਪਸ ਲੁਧਿਆਣਾ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਸਿਵਲ ਹਸਪਤਾਲ ਫੁਗਵਾੜਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਹ ਜ਼ੇਰੇ ਇਲਾਜ ਹਨ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਫੁਗਵਾੜਾ ਤੋਂ ਨਵਰੰਗ ਚੈਨਲ ਲਈ ਜਸ ਸ਼ਰਮਾ ਦੀ ਰਿਪੋਰਟ। ਹਾਂਜੀ ਰੋਸ਼ਨ ਜੀ, ਕੀ ਮਾਮਲਾ ਕੀ ਹੈ? ਜਿਹੜਾ ਇੱਕ ਐਕਸੀਡੈਂਟ ਹੋਇਆ ਪਿੱਛੇ ਆ ਰਿਹਾ ਸੀ, ਇੱਕ ਘੰਟਾ ਕੁ ਹੋਇਆ, ਬੱਚੀ ਨੂੰ ਨੀਂਦ ਰਹੀ ਸੀ ਗੱਡੀ, ਅਨਕੰਟਰੋਲ ਹੋ ਕੇ ਬਿਲਕੁਲ ਵਿੱਚ ਵੜ ਗਈ ਗੱਡੀ ਦੇ ਵਿੱਚ। ਸਾਰੇ ਕੁਝ ਪਤਾ ਚੱਲਿਆ ਕਿੱਥੋਂ ਕਿੱਥੇ ਆ ਰਹੇ ਸੀ? ਨਹੀਂ ਹਜੇ ਨਹੀਂ ਪਤਾ, ਹਜੇ ਭੇਜਿਆ ਹੋਸਪਿਟਲ, ਹਜੇ ਹੋਸਪਿਟਲ ਭੇਜਿਆ। ਇਹ ਵੱਜੀ ਕਾਹਦੇ 'ਚ ਜੀ? ਆ ਟਰੱਕ ਦੇ ਪਿੱਛੇ ਵੱਜੀ ਹੈ ਜੀ। ਟਰੱਕ ਦੇ ਖੜ੍ਹੇ ਟਰੱਕ ਜੀ ਜਾਂ ਟਰੱਕ? ਬਿਲਕੁਲ ਸਾਈਡ 'ਤੇ ਖੜ੍ਹਾ ਸੀ, ਉਹਦੇ ਵਿੱਚ ਆ ਕੇ ਵੱਜ ਗਿਆ। ਅਤੇ ਕਿਹੜੀ ਸਾਈਡ ਤੋਂ ਆ ਰਹੇ ਸੀ? ਇਹ ਜਲੰਧਰ ਵਾਲੇ ਪਾਸੇ ਆ ਰਹੇ ਸੀ, ਲੁਧਿਆਣਾ ਵਾਲੇ ਪਾਸੇ ਜਾ ਰਹੇ ਸੀ। ਹਾਂਜੀ ਸਰ, ਇੱਕ ਐਕਸੀਡੈਂਟ ਆਇਆ, ਕੀ ਮਾਮਲਾ ਕੀ ਸਰ? ਮੇਰੇ ਕੋਲ ਪੇਸ਼ੈਂਟ ਆਏ ਆ ਅਲੈਜਡ ਹਿਸਟਰੀ ਆਫ ਰੋਡ ਸਾਈਡ ਐਕਸੀਡੈਂਟ ਦੇ। 4 ਪੇਸ਼ੈਂਟ ਹੈਗੇ ਆ, 1 ਬਰੋਡ ਡੈਡ ਹੈ ਉਹਨਾਂ ਵਿੱਚੋਂ, ਅਤੇ ਬਾਕੀ ਤਿੰਨਾਂ ਵਿੱਚੋਂ 1 ਸੀਰੀਅਸ ਹੈ ਅਤੇ 2 ਅੰਡਰ ਓਬਜ਼ਰਵੇਸ਼ਨ ਨੇ। ਅਤੇ ਸਰ ਪਤਾ ਚੱਲਿਆ ਕਿਸ ਚੀਜ਼ ਦੇ ਵਿੱਚ ਹੋਇਆ ਐਕਸੀਡੈਂਟ? ਸਰ ਜਿਹੜਾ ਆਪਣਾ ਸਤਨਾਮਪੁਰ ਆਈ ਥਿੰਕ ਥਾਣੇ ਨੂੰ ਮੈਂ PI ਭੇਜੀ ਹੈ। ਫੁਗਵਾੜਾ ਵਿਖੇ ਤੜਕਸਾਰ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਬਾਕੀ ਪਰਿਵਾਰਕ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਹਾਦਸਾ ਫੁਗਵਾੜਾ ਗ੍ਰਾਮ ਮੁੱਖ ਮਾਰਗ 'ਤੇ ਪੈਂਦੇ ਪਿੰਡ ਜਮਾਲਪੁਰ ਨਜ਼ਦੀਕ ਫਲਾਈਓਵਰ 'ਤੇ ਉਸ ਸਮੇਂ ਵਾਪਰਿਆ ਜਦੋਂ ਕਾਰ ਖੜ੍ਹੇ ਟਰੱਕ ਵਿੱਚ ਜਾ ਟਕਰਾਈ, ਜਿਸ ਕਾਰਨ ਕਾਰ ਚਾਲਕ ਵਰਿੰਦਰ ਬਾਸੀ ਲੁਧਿਆਣਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਾਰ ਵਿੱਚ ਸਵਾਰ ਬਾਕੀ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਆਪਣੀ ਕਾਰ ਵਿੱਚ ਅੰਮ੍ਰਿਤਸਰ ਤੋਂ ਦਰਸ਼ਨ ਕਰਕੇ ਵਾਪਸ ਲੁਧਿਆਣਾ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਸਿਵਲ ਹਸਪਤਾਲ ਫੁਗਵਾੜਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਹ ਜ਼ੇਰੇ ਇਲਾਜ ਹਨ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਫੁਗਵਾੜਾ ਤੋਂ ਨਵਰੰਗ ਚੈਨਲ ਲਈ ਜਸ ਸ਼ਰਮਾ ਦੀ ਰਿਪੋਰਟ।